ਚੋਣਾਂ ਦੀ ਖਬਰ ਸਾਰ ਚੋਣਾਂ ਵੱਲ ਦੌੜ ਪੰਜਾਬੀ ਖੁਰਕੀ 2017 ਦੇ ਨਵੇਂ ਪੰਜਾਬ ਬਣਾਉਣ ਦੇ ਲਈ ਰਫਤਾਰ ਫੜ ਚੁੱਕਿਆ ਹੈ ਪੰਜਾਬ ਦੀ ਸਿਆਸਤ ਦਿਨੋ ਦਿਨ ਹੋਰ ਤੇਜ਼ੀ ਫੜਦੀ ਜਾ ਰਹੀ ਹੈ ਜਿਵੇਂ ਜਿਵੇਂ ਦਿਨ ਲੰਘਦੇ ਜਾ ਰਹੇ ਹਨ ਪੰਜਾਬ 2017 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵੱਲ ਵਧਦਾ ਜਾ ਰਿਹਾ ਹੈ ਜਨਤਾ ਤੋਂ ਲੈ ਕੇ ਸਿਆਸਤਦਾਨਾਂ ਤੱਕ ਹਰ ਕੋਈ ਇਹਨਾਂ ਚੋਣਾਂ ਦੀ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ ਇਹਨੇ ਤੁਹਾਡੇ ਆਪਣੇ ਸਿਮਰਜੀਤ ਸਿੰਘ ਬੈਂਸ ਜੋ ਕਿ 2012 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚੋਂ ਚੁਣੇ ਗਏ ਤਿੰਨ ਇੰਡੀਪੈਂਡੈਂਟ MLA ਚੋਂ ਇੱਕ ਹਨ ਸਿਮਰਜੀਤ ਸਿੰਘ ਬੈਂਸ ਲੁਧਿਆਣੇ ਦੇ ਆਤਮਨਗਰ ਹਲਕੇ ਤੋਂ ਪਹਿਲੇ MLA ਹਨ ਜੇਕਰ ਇਹਨਾਂ ਦੀ ਰਾਜਨੀਤੀ ਤੋਂ ਪਹਿਲਾਂ ਦੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਨਿੱਜੀ ਤੌਰ ਤੇ ਇੱਕ ਕਾਮਯਾਬ ਬਿਜ਼ਨਸਮੈਨ ਤੇ ਕਿਸਾਨ ਵੀ ਰਹਿ ਚੁੱਕੇ ਹਨ 2012 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਇਹਨਾਂ ਨੇ ਇੰਡੀਪੈਂਡੈਂਟ ਕੈਂਡੀਡੇਟ ਦੇ ਰੂਪ ਵਿੱਚ ਇਲੈਕਸ਼ਨ ਲੜੇ ਤੇ 28,498 ਵੋਟਾਂ ਨਾਲ ਖੂਬਸੂਰਤ ਜਿੱਤ ਵੀ ਹਾਸਲ ਕੀਤੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਲੁਧਿਆਣੇ ਦੀ ਟਿਕਟ ਨਾ ਮਿਲਣ ਕਰਕੇ ਸਿੱਖ ਪੋਲੀਟੀਕਲ ਪਾਰਟੀ ਤੋਂ ਅਲੱਗ ਹੋਣ ਤੋਂ ਬਾਅਦ ਇਹ ਇਹਨਾਂ ਦੀਆਂ ਪਹਿਲੀਆਂ ਇੰਡੀਪੈਂਡੈਂਟ ਚੋਣਾਂ ਸੀ ਜਿਸ ਵਿੱਚ ਐਡੇ ਵੱਡੇ ਮਾਰਜਨ ਤੋਂ ਜਿੱਤਣਾ ਆਪਣੇ ਆਪ ਵਿੱਚ ਇੱਕ ਬਹੁਤ ਵੱਡੀ ਗੱਲ ਹੈ ਜਨਤਾ ਨੇ ਨਾ ਸਿਰਫ ਇਹਨਾਂ ਤੇ ਭਰੋਸਾ ਕੀਤਾ ਪਰ ਉਸ ਨੂੰ ਜਿਤਾਉਂਦੇ ਹੋਏ ਇਹਨਾਂ ਨੂੰ ਐਡੀ ਵੱਡੀ ਜ਼ਿੰਮੇਵਾਰੀ ਵੀ ਦਿੱਤੀ ਪਰ ਹੁਣ ਇਹ ਦੇਖਣ ਦਾ ਸਮਾਂ ਕਿ ਕੀ ਇਹ ਉਹਨਾਂ ਵੋਟਾਂ ਤੇ ਉਸ ਭਰੋਸੇ ਦੇ ਕਾਬਿਲ ਸੀ ਜਾਂ ਨਹੀਂ ਪੰਜਾਬੀ ਖੁਰਕੀ .com ਤੁਹਾਡਾ ਆਪਣਾ ਪਲੇਟਫਾਰਮ ਹੈ ਇੱਥੇ ਤੁਸੀਂ ਆਪਣੀ ਗੱਲ ਬਿਨਾਂ ਕਿਸੇ ਹਿਚਕਿਚਾਹਟ ਦੇ ਕਹਿ ਸਕਦੇ ਹੋ ਤੇ ਫਿਰ ਦੇਰ ਕਿਸ ਗੱਲ ਦੀ ਹੁਣੇ ਲੌਗਇਨ ਕਰੋ punjabikhurki.com ਤੇ ਆਪਣੇ MLA ਦੇ ਕਾਰਜਕਾਲ ਨੂੰ ਲੈ ਕੇ ਆਪਣੀ ਰਾਏ ਦਿਓ ਕਿਉਂਕਿ ਮਤ ਆਖਿਰਕਾਰ ਤੁਸੀਂ ਦੇਣਾ ਹੈ ਤੁਹਾਡਾ ਪੰਜਾਬ ਤੁਹਾਡੇ ਹੱਥਾਂ ਵਿੱਚ ਹੈ ਇਸ ਦੀ ਰੱਖਿਆ ਤੇ ਇਸ ਦੀ ਸੰਭਾਲ ਤੁਸੀਂ ਆਪ ਕਰਨੀ ਹੈ ਆਪਣੀ ਜ਼ਿੰਮੇਵਾਰੀ ਨੂੰ ਸਮਝੋ ਕਿਉਂਕਿ 2017 ਵਿੱਚ ਤੁਹਾਡੇ ਹੀ ਵੋਟਾਂ ਨੇ ਪੰਜਾਬ ਦੇ ਭਵਿੱਖ ਦਾ ਫੈਸਲਾ ਕਰਨਾ ਹੈ